ਮੈਂ ਤਾਂ ਹੈਂਡਮੇਡ ਵਰਕ ਕਰਦਾ ਇੱਥੇ, ਅਤੇ ਇਹ ਕੰਮ ਮੈਂ ਪਹਿਲਾਂ ਆਪਣੇ ਉਸਤਾਦ ਜੀ ਕੋ, ਅਬਦੁਲ ਉਸਤਾਦ ਜੀ ਕੋ ਸਿੱਖਿਆ ਅੰਮ੍ਰਿਤਸਰ ਤੋਂ। ਤੋ 1.5 ਸਾਲ ਹੋ ਗਿਆ ਸੀ ਮੈਨੂੰ ਇਹ ਮਤਲਬ ਕੰਮ ਸਿੱਖਦੇ ਹੋਏ, ਉਸ ਤੋਂ ਬਾਅਦ ਮੈਂ ਸ਼ੁਰੂ ਕੀਤਾ ਹੈ। ਹਾਂਜੀ, ਪੂੜਾ, ਅਤੇ ਉਸ ਤੋਂ ਬਾਅਦ ਇਹਦੇ 'ਤੇ ਸ਼ਾਹੀ ਵਗੈਰਾ ਲਗਾਉਂਦੇ ਹਾਂ ਆਪਾਂ, ਅਤੇ ਬਾਕੀ ਇਹ ਚੀਜ਼ਾਂ ਜਿਹੜੀਆਂ ਉਹ ਬਾਜ਼ਾਰ ਵਾਲੇ ਜਿਹੜਾ ਸਮਾਨ ਹੁੰਦਾ ਹੈ, ਜਿਸ ਤਰ੍ਹਾਂ ਹੈਂਡਮੇਡ ਪੂੜੇ ਅਲੱਗ ਹੁੰਦੇ ਆ ਉਹਨਾਂ ਤੋਂ, ਜਿਹੜੇ ਬਾਜ਼ਾਰੀ ਪੂੜੇ ਹੁੰਦੇ ਉਹਨਾਂ ਤੋਂ ਅਲੱਗ ਟੋਨ ਬੋਲਦੇ ਆ। ਸ਼ੁਰੂ ਤੋਂ ਇਹੀ ਕੰਮ ਕਰਦੇ ਰਹੇ ਹੋ ਜਾਂ ਇਸ ਨਹੀਂ, ਤੋਂ ਪਹਿਲਾਂ ਕੋਈ ਹੋਰ ਕੰਮ ਕਰਦੇ ਸੀ? ਪਹਿਲਾਂ ਮੈਂ ਵੈਸੇ ਮੇਰਾ ਫੋਟੋਗ੍ਰਾਫੀ ਦਾ ਕੰਮ ਸੀਗਾ, ਅਤੇ ਉਹ ਮੈਂ 14-15 ਸਾਲ ਕੀਤਾ ਹੈ। ਅਤੇ ਹੁਣ ਪਹਿਲਾਂ ਮੇਰੀ ਦੁਕਾਨ ਥੋੜ੍ਹੀ ਬਾਜ਼ਾਰ ਦੇ ਵਿੱਚ ਸੀ, ਅਤੇ ਉਹ ਕਿਸੇ ਕਾਰਨ ਕਰਕੇ ਮੈਨੂੰ ਛੱਡਣੀ ਪਈ। ਚਲੋ ਹੁਣ ਇਹ ਮੇਰੀ ਆਪਣੀ ਦੁਕਾਨ ਹੈ, ਜਿੱਥੇ ਮੈਂ ਹੁਣ ਚਲੋ ਫੋਟੋਗ੍ਰਾਫੀ ਦਾ ਵੀ ਕੰਮ ਰੱਖਿਆ ਹੋਇਆ ਹੈ, ਅਤੇ ਬਾਕੀ ਜ਼ਿਆਦਾ ਮੈਂ ਪਹਿਲ ਇਹਨੂੰ ਦੇ ਰਿਹਾ, ਕਿਉਂਕਿ ਇੱਧਰ ਮੇਰਾ ਜ਼ਿਆਦਾ ਸ਼ੌਂਕ ਸੀਗਾ ਕਿ ਮੈਂ ਇਹ ਕੰਮ ਸਿੱਖਣਾ ਵਾ। ਇਹ ਸਾਡੀ ਲਾਈਨ ਸ਼ੁਰੂ ਤੋਂ ਇਹੀ ਰਹੀ ਹੈ, ਕਿਉਂਕਿ ਬੱਚਿਆਂ ਨੂੰ ਫਾਦਰ ਸਾਹਿਬ ਸਾਡੇ ਕਾਫੀ ਦੇਰ ਤੋਂ ਸਿਖਲਾਈ ਦਿੰਦੇ ਰਹੇ ਨੇ, ਉਹਨਾਂ ਨੂੰ ਮੇਰੇ ਹਿਸਾਬ ਨਾਲ 25-30 ਸਾਲ ਤੋਂ ਵੱਧ ਹੀ ਹੋ ਗਏ। ਤੁਸੀਂ ਹੈਂਡਮੇਡ ਬਣਾਉਂਦੇ ਹੋ ਤਬਲੇ, ਹਾਂਜੀ, ਤੇ ਕਿਸ ਤਰ੍ਹਾਂ ਬਣਦੇ ਨੇ, ਕੀ ਖਾਸੀਅਤ ਹੈ ਇਹਨਾਂ ਦੇ ਵਿੱਚ? ਦੇਖੋ, ਇਹਦੇ ਵਿੱਚ ਇੱਕ ਤਾਂ ਖੱਲ ਯੂਜ਼ ਹੁੰਦੀ ਆ, ਆਪਣੇ ਬੱਕਰੇ ਦੀ ਖੱਲ ਹੁੰਦੀ ਜੇ, ਅਤੇ ਇਹ ਦੇਖੋ ਥੋੜ੍ਹਾ ਦੇਖ ਲਓ, ਮਤਲਬ ਇਹ ਹੁੰਦੀ ਜੇ ਖੱਲ, ਆਪਾਂ ਇਹਨੂੰ ਕੱਟ ਕੇ ਅਤੇ ਫਿਰ ਇਹਦੇ ਉੱਤੇ ਬਣਾਈਦਾ ਇਹਦਾ ਗਜਰਾ ਵਗੈਰਾ, ਜਿਸ ਤਰ੍ਹਾਂ ਇਹ ਬਣਿਆ ਵਾ ਇਹ ਖੁਦ ਆਪ ਤਿਆਰ ਕਰੀਦਾ, ਅਤੇ ਇਸ ਤੋਂ ਬਾਅਦ ਇਹਨੂੰ 2-3 ਦਿਨ ਲੱਗਦੇ ਨੇ ਸੁੱਕਣ ਵਾਸਤੇ, ਠੀਕ ਹੈ ਜੀ। ਉਸ ਤੋਂ ਬਾਅਦ ਸ਼ਾਹੀ ਲੱਗਦੀ ਹੈ, ਇੱਕ ਜਿਹੜਾ ਮਤਲਬ ਹੈਗਾ ਵਾ ਵਰਕਾ, ਇਹ ਹਫ਼ਤਾ ਲੱਗ ਜਾਂਦਾ ਇਹਨੂੰ ਬਣਾਉਣ ਵਾਸਤੇ। ਹਾਂਜੀ, ਇਹ ਇੰਨੀ ਮਿਹਨਤ ਲੱਗਦੀ। ਤੇ ਭਾਜੀ ਇਹ ਕਾਲੀ ਜੀ ਸ਼ਾਹੀ ਵੀ ਇੱਥੇ ਪਈ ਹੋਈ ਹੈ, ਇਹਦੇ ਚ ਕੀ ਖਾਸ ਹੈ? ਇਹ ਕਾਲੀ ਜੀ ਸ਼ਾਹੀ ਸਪੈਸ਼ਲ ਹੁੰਦੀ ਆ, ਇਹ ਹੁੰਦਾ ਜੀ ਆਇਰਨ ਪਾਊਡਰ, ਜਿੱਦਾਂ ਲੋਹੇ ਦਾ ਪਾਊਡਰ ਜਿਹਨੂੰ ਕਹਿ ਸਕਦੇ ਹਾਂ ਆਪਾਂ ਪੰਜਾਬੀ ਵਿੱਚ, ਉਹ ਹੁੰਦਾ ਬਰੀਕ ਕਰਕੇ ਸਪੈਸ਼ਲ ਆਉਂਦਾ ਵਾ, ਅਤੇ ਇਹ ਲੱਗੇਗਾ ਤਾਂ ਫਿਰ ਇਸ ਦੀ ਆਵਾਜ਼ ਨਿਕਲਣੀ, ਉਸ ਤਰ੍ਹਾਂ ਆਵਾਜ਼ ਨਹੀਂ ਨਿਕਲਣੀ, ਉਸ ਤਰ੍ਹਾਂ ਖਾਲੀ ਖਾਲੀ ਬੋਲੇਗਾ। ਤੇ ਸਿਰਫ ਤਬਲੇ ਹੀ ਕਰਦੇ ਹੋ ਰਿਪੇਅਰ ਜਾਂ ਫਿਰ ਹੋਰ ਵੀ ਸਾਜ਼ ਨੇ ਜਿਨ੍ਹਾਂ ਨਹੀਂ, ਦੀ ਰਿਪੇਅਰਿੰਗ ਕਰਦੇ ਹੋ? ਹਾਰਮੋਨੀਅਮ ਵੀ ਕਰਦਾ, ਹਾਰਮੋਨੀਅਮ ਵੀ ਮੈਂ ਸੁਰ ਵਗੈਰਾ ਕਰਦਾ, ਬਾਕੀ ਸਾਰਾ ਕੰਮ ਉਹਦਾ ਕਰਦਾ, ਹਾਰਮੋਨੀਅਮ ਅਤੇ ਤਬਲਾ ਹੀ ਹੈ, ਤਬਲੇ ਦਾ ਜ਼ਿਆਦਾ ਕੰਮ ਆ ਮੇਰੇ। ਇਹ ਸਿੰਪਲ ਵੀ ਆਉਂਦਾ ਅਤੇ ਡਿਜ਼ਾਇਨ ਵਾਲਾ ਵੀ ਆਉਂਦਾ ਹੈ, ਥੋੜ੍ਹਾ ਡਿਜ਼ਾਇਨ ਵਾਲਾ ਵਾ, ਇੱਕ ਉੱਪਰ ਹੋਣਾ ਜੇ ਉੱਪਰਲੇ ਪਾਸੇ, ਅਤੇ ਉਹ ਸਿੰਪਲ ਹੈਗਾ, ਪਰ ਇਹ ਸਟੀਲ ਦਾ ਇਹ ਹੈ ਵੀ ਇਹਨੂੰ ਜੰਗਾਲ ਨਹੀਂ ਪੈਂਦਾ, ਅਤੇ ਵਧੀਆ ਰਹਿੰਦਾ ਇਹ, ਖਰਾਬ ਨਹੀਂ ਹੁੰਦਾ। ਖਰਾਬ ਸਿਰਫ ਉੱਪਰ ਵਾਲਾ ਪੂੜਾ ਹੀ ਹੁੰਦਾ, ਜਦੋਂ ਕਿਤੇ ਫਟ ਜਾਏ ਤਾਂ ਉਹ ਨਵਾਂ ਪਾਉਣਾ ਪੈ ਜਾਂਦਾ, ਅਤੇ ਇਸ ਤੋਂ ਬਾਅਦ ਫਿਰ ਜਾਂ ਸਟੀਲ ਇੱਕ ਤਾਂ ਆਇਆ ਹੋ ਗਿਆ, ਵੱਖਰੇ ਵੱਖਰੇ ਡਿਜ਼ਾਇਨ ਆਉਂਦੇ ਆ, ਇੱਕ ਆ ਪਿੱਪਲ ਦਾ ਜੀ, ਇਸ ਤਰ੍ਹਾਂ ਆਉਂਦਾ, ਇਸ ਤਰ੍ਹਾਂ ਬਣੇ ਹੁੰਦੇ ਆ। ਇਹ ਮੱਛੀ ਵਾਲੀ ਆ, ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਡਿਜ਼ਾਇਨ ਵਾਲੀਆਂ, ਇਸ ਤਰ੍ਹਾਂ ਕੁੰਡੀ ਵਾਲੀ ਹੋ ਗਈ, ਇਹ ਲੋਹੇ ਵਾਲੀਆਂ ਨੇ ਆਇਰਨ ਵਾਲੀਆਂ, ਇਹ ਪਿੱਤਲ ਦੀ ਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ, ਮੈਂ ਹਾਂ ਗੁਰਦਾਸਪੁਰ ਤੋਂ ਭਾਰਤੀ ਸ਼ਰਮਾ। ਅੱਜ ਅਸੀਂ ਇੱਕ ਅਜਿਹੇ ਵਿਅਕਤੀ ਨਾਲ ਮਿਲਣ ਜਾ ਰਹੇ ਹਾਂ ਜਿਹੜੇ ਕਿ ਸੰਗਮ ਤਬਲਾ ਮੇਕਰ ਨਾਂ ਦੇ ਨਾਲ ਜਾਣੇ ਜਾਂਦੇ ਨੇ, ਤੇ ਜਿਨ੍ਹਾਂ ਨੇ ਆਪਣੇ ਬਚਪਨ ਦੇ ਸ਼ੌਂਕ ਨੂੰ ਆਪਣਾ ਰੁਜ਼ਗਾਰ ਦਾ ਸਾਧਨ ਬਣਾਇਆ। ਦੱਸ ਦਈਏ ਕਿ ਇਹਨਾਂ ਵੱਲੋਂ ਜਿਹੜਾ ਤਬਲਾ ਵਜਾਇਆ ਜਾਂਦਾ ਹੈ ਤੇ ਨਾਲ ਹੀ ਹੈਂਡਮੇਡ ਤਬਲੇ ਬਣਾਉਂਦੇ ਵੀ ਨੇ ਤੇ ਨਾਲ ਹੀ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਨੇ। ਸੋ ਅਜਿਹੀਆਂ ਅਹਿਮ ਜਾਣਕਾਰੀਆਂ ਜੋ ਤਬਲੇ ਦੇ ਨਾਲ ਸੰਬੰਧਿਤ ਨੇ ਉਹ ਇਹਨਾਂ ਕੋਲੋਂ ਹਾਸਲ ਕਰਾਂਗੇ। ਹਾਂਜੀ ਭਾਜੀ, ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ, ਤੇ ਦੱਸ ਦਿਓ ਵੀ ਕਦੋਂ ਤੋਂ ਤੁਸੀਂ ਇਹ ਕੰਮ ਕਰ ਰਹੇ ਹੋ ਤਬਲਾ ਬਣਾਉਣ ਦਾ, ਸਿਖਾਉਣ ਦਾ, ਇਹਦੇ ਬਾਰੇ ਥੋੜੀ ਜਾਣਕਾਰੀ ਦੇ ਦਿਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸੰਗਮ ਜੀ ਤਬਲਾ ਮੇਕਰ। ਮੈਂ ਤਾਂ ਹੈਂਡਮੇਡ ਵਰਕ ਕਰਦਾ ਇੱਥੇ, ਅਤੇ ਇਹ ਕੰਮ ਮੈਂ ਪਹਿਲਾਂ ਆਪਣੇ ਉਸਤਾਦ ਜੀ ਕੋ, ਅਬਦੁਲ ਉਸਤਾਦ ਜੀ ਕੋ ਸਿੱਖਿਆ ਅੰਮ੍ਰਿਤਸਰ ਤੋਂ। ਤੋ 1.5 ਸਾਲ ਹੋ ਗਿਆ ਸੀ ਮੈਨੂੰ ਇਹ ਮਤਲਬ ਕੰਮ ਸਿੱਖਦੇ ਹੋਏ, ਉਸ ਤੋਂ ਬਾਅਦ ਮੈਂ ਸ਼ੁਰੂ ਕੀਤਾ ਹੈ। ਹਾਂਜੀ, ਅਤੇ ਇਹਦੇ ਵਿੱਚ ਜਿਸ ਤਰ੍ਹਾਂ ਹੈਂਡਮੇਡ ਵਰਕ ਤੁਸੀਂ ਦੇਖ ਹੀ ਰਹੇ ਹੋ, ਇਹ ਦੇਖੋ ਬਣਾ ਕੇ ਰੱਖਿਆ ਹੋਇਆ ਮੈਂ ਮਤਲਬ ਪੂੜਾ, ਅਤੇ ਉਸ ਤੋਂ ਬਾਅਦ ਇਹਦੇ 'ਤੇ ਸ਼ਾਹੀ ਵਗੈਰਾ ਲਗਾਉਂਦੇ ਹਾਂ ਆਪਾਂ, ਅਤੇ ਬਾਕੀ ਇਹ ਚੀਜ਼ਾਂ ਜਿਹੜੀਆਂ ਉਹ ਬਾਜ਼ਾਰ ਵਾਲੇ ਜਿਹੜਾ ਸਮਾਨ ਹੁੰਦਾ ਹੈ, ਜਿਸ ਤਰ੍ਹਾਂ ਹੈਂਡਮੇਡ ਪੂੜੇ ਅਲੱਗ ਹੁੰਦੇ ਆ ਉਹਨਾਂ ਤੋਂ, ਜਿਹੜੇ ਬਾਜ਼ਾਰੀ ਪੂੜੇ ਹੁੰਦੇ ਉਹਨਾਂ ਤੋਂ ਅਲੱਗ ਟੋਨ ਬੋਲਦੇ ਆ। ਹਾਂਜੀ, ਤੇ ਤੁਸੀਂ ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਹੋ? ਹਾਂਜੀ, ਬੱਚੇ ਆਉਂਦੇ ਮੇਰੇ ਕੋਲ ਸਿੱਖਣ, ਕੀਰਤਨ ਦੀ ਸਿਖਲਾਈ ਦਿੰਦੇ ਆਪਾਂ, ਹਾਰਮੋਨੀਅਮ ਤਬਲਾ ਵਗੈਰਾ, ਬੱਚੇ ਆਉਂਦੇ ਮੇਰੇ ਕੋਲ, 4 ਵਜੇ ਤੋਂ ਬਾਅਦ ਉਹਨਾਂ ਦਾ ਟਾਈਮ ਹੈਗਾ, ਅਤੇ ਉਹ ਬੱਚੇ ਕੁਛ ਹੈਗੇ ਮੇਰੇ ਕੋਲ ਸਿੱਖਣ ਵਾਲੇ। ਪਹਿਲਾਂ ਤਾਂ ਮੈਂ ਆਪਣੇ ਫਾਦਰ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਉਹਨਾਂ ਦੀ ਬਦੌਲਤ ਹੀ ਇਹ ਮੈਂ ਸਾਰਾ ਕੰਮ ਸਿੱਖਿਆ, ਕਿਉਂਕਿ ਪਹਿਲਾਂ ਉਹ ਉਹੀ ਕੰਮ ਕਰਦੇ ਰਹੇ ਨੇ, ਆਪਣੇ ਹੈਂਡ ਵਰਕ ਵਰਕ ਨਹੀਂ,
ਮਤਲਬ ਜੋ ਕੀਰਤਨ ਦੀ ਸਿਖਲਾਈ ਸੀਗੀ ਉਹ ਉਸ ਬਾਰੇ ਦੱਸ ਰਿਹਾ ਤੁਹਾਨੂੰ। ਕੀਰਤਨ ਦੀ ਸਿਖਲਾਈ ਉਹਨਾਂ ਕੋਲੋਂ ਮੈਂ ਸਿੱਖ ਕੇ ਅੱਗਾਂ ਬੱਚਿਆਂ ਨੂੰ ਜਿਹੜੀ ਉਹ ਕਰ ਰਿਹਾ ਸਿਖਲਾਈ ਦੇ ਰਿਹਾ। ਤੇ ਇਸ ਤੋਂ ਪਹਿਲਾਂ ਤੁਸੀਂ ਸ਼ੁਰੂ ਤੋਂ ਇਹੀ ਕੰਮ ਕਰਦੇ ਰਹੇ ਹੋ ਜਾਂ ਨਹੀਂ ਇਸ ਤੋਂ ਪਹਿਲਾਂ ਕੋਈ ਪਹਿਲਾਂ ਹੋਰ ਕੰਮ ਕਰਦੇ ਸੀ? ਪਹਿਲਾਂ ਮੈਂ ਵੈਸੇ ਮੇਰਾ ਫੋਟੋਗ੍ਰਾਫੀ ਦਾ ਕੰਮ ਸੀਗਾ ਅਤੇ ਉਹ ਮੈਂ 14-15 ਸਾਲ ਕੀਤਾ ਹੈ। ਅਤੇ ਹੁਣ ਪਹਿਲਾਂ ਮੇਰੀ ਦੁਕਾਨ ਥੋੜ੍ਹੀ ਬਾਜ਼ਾਰ ਦੇ ਵਿੱਚ ਸੀ ਅਤੇ ਉਹ ਕਿਸੇ ਕਾਰਨ ਕਰਕੇ ਮੈਨੂੰ ਛੱਡਣੀ ਪਈ। ਚਲੋ ਹੁਣ ਇਹ ਮੇਰੀ ਆਪਣੀ ਦੁਕਾਨ ਹੈ ਜਿੱਥੇ ਮੈਂ ਹੁਣ ਚਲੋ ਫੋਟੋਗ੍ਰਾਫੀ ਦਾ ਵੀ ਕੰਮ ਰੱਖਿਆ ਹੋਇਆ ਹੈ ਅਤੇ ਬਾਕੀ ਜ਼ਿਆਦਾ ਮੈਂ ਪਹਿਲ ਇਹਨੂੰ ਦੇ ਰਿਹਾ ਕਿਉਂਕਿ ਇੱਧਰ ਮੇਰਾ ਜ਼ਿਆਦਾ ਸ਼ੌਂਕ ਸੀਗਾ ਕਿ ਮੈਂ ਇਹ ਕੰਮ ਸਿੱਖਣਾ ਵਾ। ਇਹ ਸਾਡੀ ਲਾਈਨ ਸ਼ੁਰੂ ਤੋਂ ਇਹੀ ਰਹੀ ਹੈ ਕਿਉਂਕਿ ਬੱਚਿਆਂ ਨੂੰ ਫਾਦਰ ਸਾਹਿਬ ਸਾਡੇ ਕਾਫੀ ਦੇਰ ਤੋਂ ਇਹ ਸਿਖਲਾਈ ਦਿੰਦੇ ਰਹੇ ਨੇ। ਉਹਨਾਂ ਨੂੰ ਮੇਰੇ ਹਿਸਾਬ ਨਾਲ 25-30 ਸਾਲ ਤੋਂ ਵੱਧ ਹੀ ਹੋ ਗਏ ਅਤੇ ਉਸ ਕਰਕੇ ਮੈਂ ਇਸ ਲਾਈਨ ਦੇ ਵਿੱਚ ਆਇਆ ਅਤੇ ਮੈਨੂੰ ਵਧੀਆ ਲੱਗਦਾ ਕਿਉਂਕਿ ਗੁਰਬਾਣੀ ਕੀਰਤਨ ਆਪਾਂ ਸੁਣਦੇ ਵੀ ਹਾਂ ਅਤੇ ਕਰਦੇ ਵੀ ਹਾਂ ਅਤੇ ਇਸ ਕਰਕੇ ਮੈਨੂੰ ਇਹ ਲਾਈਨ ਬਹੁਤ ਵਧੀਆ ਲੱਗਦੀ ਹੈ ਵੀ ਮਹਾਰਾਜ ਨਾਲ ਜੁੜੇ ਰਹੀਦਾ। ਜਿਵੇਂ ਕਿ ਭਾਅ ਜੀ ਉਹਨਾਂ ਦੱਸਿਆ ਕਿ ਪਹਿਲਾਂ ਉਹ ਫੋਟੋਗ੍ਰਾਫੀ ਕਰਦੇ ਸੀਗੇ ਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਸ਼ੌਂਕ ਸੀਗਾ ਉਹਨਾਂ ਨੇ ਉਸ ਨੂੰ ਹੀ ਉਹਨਾਂ ਨੇ ਆਪਣਾ ਜਿਹੜਾ ਰੁਜ਼ਗਾਰ ਦਾ ਸਾਧਨ ਬਣਾ ਲਿਆ, ਇਸ ਕਰਕੇ ਵੀ ਜਿਹੜਾ ਉਹ ਪਰਮਾਤਮਾ ਦੇ ਨਾਲ ਜੁੜੇ ਰਹਿਣ। ਸੋ ਭਾਅ ਜੀ ਤੁਸੀਂ ਜਿਵੇਂ ਕਿ ਦੱਸਿਆ ਕਿ ਤੁਸੀਂ ਹੈਂਡਮੇਡ ਬਣਾਉਂਦੇ ਹੋ ਤਬਲੇ, ਹਾਂਜੀ। ਤੇ ਕਿਸ ਤਰ੍ਹਾਂ ਬਣਦੇ ਨੇ, ਕੀ ਖਾਸੀਅਤ ਹੈ ਇਹਨਾਂ ਦੇ ਵਿੱਚ? ਦੇਖੋ ਇਹਦੇ ਵਿੱਚ ਇੱਕ ਤੇ ਖੱਲ ਯੂਜ਼ ਹੁੰਦੀ ਆ ਆਪਣੇ ਬੱਕਰੇ ਦੀ ਖੱਲ ਹੁੰਦੀ ਜੇ ਤੇ ਇਹ ਦੇਖੋ ਥੋੜਾ ਦੇਖ ਲਓ ਮਤਲਬ ਇਹ ਹੁੰਦੀ ਜੇ ਖੱਲ ਆਪਾਂ ਇਹਨੂੰ ਕੱਟ ਕੇ ਤੇ ਫਿਰ ਇਹਦੇ ਉੱਤੇ ਬਣਾਈਦਾ ਇਹਦਾ ਗਜਰਾ ਵਗੈਰਾ ਜਿਸ ਤਰ੍ਹਾਂ ਇਹ ਬਣਿਆ ਵਾ ਇਹ ਖੁਦ ਆਪ ਤਿਆਰ ਕਰੀਦਾ ਤੇ ਇਸ ਤੋਂ ਬਾਅਦ ਇਹਨੂੰ 2-3 ਦਿਨ ਲੱਗਦੇ ਨੇ ਸੁੱਕਣ ਵਾਸਤੇ ਠੀਕ ਹੈ ਜੀ। ਉਸ ਤੋਂ ਬਾਅਦ ਸ਼ਾਹੀ ਲੱਗਦੀ ਹੈ ਇੱਕ ਜਿਹੜਾ ਮਤਲਬ ਹੈਗਾ ਵਾ ਵਰਕਾ ਇਹ ਹਫ਼ਤਾ ਲੱਗ ਜਾਂਦਾ ਇਹਨੂੰ ਬਣਾਉਣ ਵਾਸਤੇ। ਹਾਂਜੀ ਇਹ ਇੰਨੀ ਮਿਹਨਤ ਲੱਗਦੀ। ਤੇ ਭਾਜੀ ਇਹ ਕਾਲੀ ਜੀ ਸ਼ਾਹੀ ਵੀ ਇੱਥੇ ਪਈ ਹੋਈ ਹੈ, ਇਹਦੇ ਚ ਕੀ ਖਾਸ ਹੈ? ਇਹ ਕਾਲੀ ਜੀ ਸ਼ਾਹੀ ਸਪੈਸ਼ਲ ਹੁੰਦੀ ਆ, ਇਹ ਹੁੰਦਾ ਜੀ ਆਇਰਨ ਪਾਊਡਰ, ਜਿੱਦਾਂ ਲੋਹੇ ਦਾ ਪਾਊਡਰ ਜਿਹਨੂੰ ਕਹਿ ਸਕਦੇ ਆਪਾਂ ਪੰਜਾਬੀ ਵਿੱਚ, ਉਹ ਹੁੰਦਾ ਬਰੀਕ ਕਰਕੇ ਸਪੈਸ਼ਲ ਆਉਂਦਾ ਵਾ ਤੇ ਇਹ ਲੱਗੇਗਾ ਤੇ ਫਿਰ ਇਸ ਦੀ ਆਵਾਜ਼ ਨਿਕਲਣੀ, ਉਸ ਤਰ੍ਹਾਂ ਆਵਾਜ਼ ਨਹੀਂ ਨਿਕਲਣੀ, ਉਸ ਤਰ੍ਹਾਂ ਖਾਲੀ ਖਾਲੀ ਬੋਲੇਗਾ। ਇਹਨਾਂ ਨੇ ਖਾਸੀਅਤ ਦੱਸੀ ਆ ਵੀ ਕਿਸ ਤਰ੍ਹਾਂ ਬਣਾਉਂਦੇ ਨੇ, ਕਾਲੀ ਸ਼ਾਹੀ ਦੀ ਵੀ ਖਾਸੀਅਤ ਦੱਸ ਦਿੱਤੀ ਹੈ ਤੇ ਇਹਦੇ ਵਿੱਚ ਜੋ ਜੋ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ। ਤੇ ਭਾਜੀ ਬਣਾਉਂਦੇ ਹੀ ਹੋ ਜਾਂ ਸਿਰਫ ਇਹਨਾਂ ਦੀ ਰਿਪੇਅਰ ਵੀ ਕਰਦੇ ਹੋ ਤੁਸੀਂ? ਨਹੀਂ ਯਾਰ ਰਿਪੇਅਰ ਹੀ ਆਇਆ, ਆ ਰਿਪੇਅਰ ਆਇਆ ਹੋਇਆ ਮੇਰੇ ਕੋਲ ਤੇ ਰਿਪੇਅਰ ਵੀ ਕਰਦਾ ਤੇ ਆਪਾਂ ਨਵੇਂ ਵੀ ਤਿਆਰ ਕਰੀਦੇ। ਕੀ ਨੁਕਸ ਪੈਂਦੇ ਨੇ ਇਹਨਾਂ ਦੇ ਵਿੱਚ? ਨੁਕਸ ਇਹੀ ਆ ਵੀ ਇਹ ਫਟ ਜਾਂਦਾ ਜਿਸ ਤੋਂ ਮਤਲਬ ਜਿਸ ਤਰ੍ਹਾਂ ਫਟ ਜਾਏਗਾ ਤੇ ਜਾਂ ਕਿਸੇ ਦੀ ਸ਼ਾਹੀ ਉਤਰ ਜਾਂਦੀ ਹੈ ਤੇ ਫਿਰ ਸ਼ਾਹੀ ਲਗਾ ਦੀਦੀ ਹੈ, ਜੇ ਇਹ ਠੀਕ ਹੋਵੇ ਤਾਂ ਇਹਦੀ ਸ਼ਾਹੀ ਲਗਾ ਲਈ ਹੈ, ਜੇ ਨੇਵ ਫਟ ਗਿਆ ਹੋਵੇ ਫਿਰ ਇਹਨੂੰ ਨਵਾਂ ਪਾਉਣਾ ਪੈਂਦਾ। ਤੇ ਸਿਰਫ ਤਬਲੇ ਹੀ ਕਰਦੇ ਹੋ ਰਿਪੇਅਰ ਜਾਂ ਫਿਰ ਹੋਰ ਵੀ ਸਾਜ਼ ਨੇ ਜਿਨ੍ਹਾਂ ਦੀ ਰਿਪੇਅਰਿੰਗ ਕਰਦੇ ਹੋ? ਹਾਰਮੋਨੀਅਮ ਵੀ ਕਰਦਾ, ਹਾਰਮੋਨੀਅਮ ਵੀ ਮੈਂ ਸੁਰ ਵਗੈਰਾ ਕਰਦਾ, ਬਾਕੀ ਸਾਰਾ ਕੰਮ ਉਹਦਾ ਕਰਦਾ, ਹਾਰਮੋਨੀਅਮ ਤੇ ਤਬਲਾ ਹੀ ਹੈ, ਤਬਲੇ ਦਾ ਜ਼ਿਆਦਾ ਕੰਮ ਆ ਮੇਰੇ ਕੋਲ। ਤੇ ਭਾਜੀ ਕਿੰਨੇ ਤਰ੍ਹਾਂ ਦੇ ਹੁੰਦੇ ਨੇ, ਕੀ ਫਰਕ ਹੈ ਇਹਨਾਂ ਦੇ ਵਿੱਚ? ਇਹ ਦੇਖੋ ਜੀ ਇੱਕ ਤੇ ਇਹ ਇਹਨੂੰ ਕਹਿੰਦੇ ਆ ਡੱਗਾ, ਯਾਨੀ ਕਿ ਡੁੱਗੀ ਵੀ ਕਹਿ ਦਿੰਦੇ ਨੇ, ਤੇ ਇਹ 2-3 ਤਰ੍ਹਾਂ ਦਾ ਹੁੰਦਾ, ਇੱਕ ਤੇ ਲੋਹੇ ਦਾ ਹੁੰਦਾ ਤੇ ਇੱਕ ਸਟੀਲ ਦਾ ਹੁੰਦਾ ਤੇ ਇੱਕ ਪਿੱਤਲ ਦਾ ਹੁੰਦਾ। ਲੋਹੇ ਵਾਲਾ ਤੇ ਅਸੀਂ ਘੱਟ ਵੇਚਦੇ ਹਾਂ ਕਿਉਂਕਿ ਉਹ ਥੋੜ੍ਹੀ ਦੇਰ ਬਾਅਦ ਉਹਨੂੰ ਜੰਗਾਲ ਪੈ ਜਾਂਦਾ ਅਤੇ ਉਹ ਜਿਹੜੀ ਆ ਜਿਹਨੂੰ ਕਹਿੰਦੇ ਆ ਦੀਵਾਲ, ਉਹਨੇ ਦੀਵਾਲ ਕਹਿੰਦੇ ਨੇ, ਫਿਰ ਉਹ ਕਈ ਵਾਰੀ ਜੰਗਾਲ ਦੇ ਨਾਲ ਇਹ ਦੀਵਾਲ ਖਰਾਬ ਹੋ ਜਾਂਦੀ, ਅਸੀਂ ਉਹ ਲੋਹੇ ਵਾਲਾ ਨਹੀਂ ਵੇਚਦੇ। ਉਸ ਤੋਂ ਬਾਅਦ ਫਿਰ ਇਹ ਜਾਂ ਇੱਕ ਸਟੀਲ ਦਾ ਹੁੰਦਾ ਜੀ, ਇਹ ਸਟੀਲ ਦਾ ਜੀ, ਇਹ ਦੇਖੋ ਇਹ ਸਿੰਪਲ ਵੀ ਆਉਂਦਾ ਅਤੇ ਡਿਜ਼ਾਈਨ ਵਾਲਾ ਵੀ ਆਉਂਦਾ, ਇਹ ਥੋੜ੍ਹਾ ਡਿਜ਼ਾਈਨ ਵਾਲਾ ਵਾ, ਇੱਕ ਉਹ ਉੱਪਰ ਹੋਣਾ ਜੇ ਉੱਪਰਲੇ ਪਾਸੇ ਅਤੇ ਉਹ ਸਿੰਪਲ ਹੈਗਾ, ਪਰ ਇਹ ਸਟੀਲ ਦਾ ਇਹ ਆ ਵੀ ਇਹਨੂੰ ਜੰਗਾਲ ਨਹੀਂ ਪੈਂਦਾ ਅਤੇ ਵਧੀਆ ਰਹਿੰਦਾ, ਇਹ ਖਰਾਬ ਨਹੀਂ ਹੁੰਦਾ, ਖਰਾਬ ਸਿਰਫ ਉੱਪਰ ਵਾਲਾ ਪੂੜਾ ਹੀ ਹੁੰਦਾ, ਜਦੋਂ ਕਿਤੇ ਫਟ ਜਾਏ ਤਾਂ ਉਹ ਨਵਾਂ ਪਾਉਣਾ ਪੈ ਜਾਂਦਾ। ਅਤੇ ਇਸ ਤੋਂ ਬਾਅਦ ਫਿਰ ਜਾਂ ਸਟੀਲ ਇੱਕ ਤਾਂ ਇਹ ਹੋ ਗਿਆ, ਵੱਖਰੇ ਵੱਖਰੇ ਡਿਜ਼ਾਈਨ ਆਉਂਦੇ ਆ, ਇੱਕ ਆ ਪਿੱਤਲ ਦਾ ਜੀ, ਇਸ ਤਰ੍ਹਾਂ ਆਉਂਦਾ, ਇਸ ਤਰ੍ਹਾਂ ਬਣੇ ਹੁੰਦੇ ਆ ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਥੱਲੇ ਰੱਖਣ ਵਾਸਤੇ ਜਿਸ ਤਰ੍ਹਾਂ ਬਿੰਨੂ ਹੋ ਗਏ, ਇਸ ਤਰ੍ਹਾਂ ਆਉਂਦੇ ਆ, ਰਿੰਗ ਹੁੰਦੇ ਦੇ ਥੱਲੇ ਰੱਖਣ ਵਾਸਤੇ, ਇਹ ਥੋੜ੍ਹੇ ਸਪੈਸ਼ਲ ਵੀ ਆਉਂਦੇ ਆ ਜਿਸ ਤਰ੍ਹਾਂ ਆਹ ਹੋ ਗਏ, ਆਹ ਦੇਖੋ ਇਹ ਥੋੜ੍ਹੇ ਡਿਜ਼ਾਈਨ ਵਾਲੇ ਨੇ, ਇਹ ਚੀਜ਼ਾਂ ਹੋ ਗਈਆਂ, ਬਾਕੀ ਆ ਜਿੱਦਾਂ ਥੋੜੀਆਂ ਹੋ ਗਈਆਂ ਲੋਹੇ ਦੀਆਂ, ਇਹ ਪਿੱਤਲ ਦੀ ਵੀ ਆਉਂਦੀ ਹੈ, ਸ਼ਾਇਦ ਪਿੱਤਲ ਦੀ ਇੱਕ ਅੱਧੀ ਪਈ ਹੋਵੇ,
ਲੱਭ ਰਹੀ। ਚਲੋ ਹਾਂ, ਇਹ ਦੇਖੋ ਇਹ ਮੱਛੀ ਵਾਲੀ ਆ, ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਡਿਜ਼ਾਈਨ ਵਾਲੀਆਂ, ਇਸ ਤਰ੍ਹਾਂ ਕੁੰਡੀ ਵਾਲੀ ਹੋ ਗਈ, ਇਹ ਲੋਹੇ ਵਾਲੀਆਂ ਨੇ ਆਇਰਨ ਵਾਲੀਆਂ, ਇਹ ਪਿੱਤਲ ਦੀ ਆ। ਬਾਕੀ ਕੁਛ ਗੱਟੀਆਂ ਵਗੈਰਾ ਜਿਸ ਤਰ੍ਹਾਂ ਇਹਨਾਂ ਦੇ ਵਿੱਚ ਪਾਉਣ ਵਾਸਤੇ, ਇਹ ਲੱਕੜ ਦੀਆਂ ਨੇ ਅਤੇ ਇਹ ਪਲਾਸਟਿਕ ਦੀਆਂ ਵੀ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ। ਆਹ ਦੇਖੋ ਕੁਛ ਡਿਜ਼ਾਈਨ ਵਾਲੀਆਂ, ਮਤਲਬ ਇਸ ਤਰ੍ਹਾਂ ਦੀਆਂ ਆਈਟਮਾਂ ਆਉਂਦੀਆਂ ਨੇ। ਸੋ ਜਿਵੇਂ ਕਿ ਭਾਅ ਜੀ ਉਹਨਾਂ ਨੇ ਦੱਸਿਆ ਵੀ ਕਿਸ ਤਰ੍ਹਾਂ ਦੀ ਵੱਖ ਵੱਖ ਕਿਸਮਾਂ ਜਿਹੜੀਆਂ ਨੇ ਤਬਲਿਆਂ ਦੀਆਂ ਉਹ ਦੱਸੀਆਂ, ਅਤੇ ਉਹਨਾਂ ਵਿੱਚ ਕਿਸ ਤਰ੍ਹਾਂ ਦਾ ਮਟੀਰੀਅਲ ਕਿਹੜਾ ਕਿਹੜਾ ਯੂਜ ਹੁੰਦਾ ਉਹ ਵੀ ਦੱਸਿਆ। ਅਤੇ ਜਿਵੇਂ ਕਿ ਇਹ ਬਹੁਤ ਹੀ ਮਿਹਨਤ ਵਾਲਾ ਕੰਮ ਹੈ, ਅਤੇ ਅਸੀਂ ਵੀ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਤੁਹਾਡਾ ਜਿਹੜਾ ਕੰਮ ਹੈ ਉਹ ਹੋਰ ਵਧੀਆ ਤਰ੍ਹਾਂ ਚੱਲੇ। ਅਤੇ ਭਾਅ ਜੀ ਤੁਸੀਂ ਆਪਣੇ ਇਸ ਕੰਮ ਤੋਂ ਸੰਤੁਸ਼ਟ ਹੋ ਜਿਹੜਾ ਕਰ ਰਹੇ ਹੋ? ਹਾਂਜੀ ਦੇਖੋ ਜੀ, ਵੈਸੇ ਤਾਂ ਜੋ ਮਹਾਰਾਜ ਨੇ ਕਰਨਾ ਕਰਨਾ ਤਾਂ ਉਹੀ ਹੈ, ਹੈ ਨਾ। ਅਤੇ ਅਸੀਂ ਤਾਂ ਸ਼ੁਰੂ ਤੋਂ ਹੀ ਫਾਦਰ ਸਾਹਿਬ ਸਾਡੇ ਇਸੇ ਲਾਈਨ 'ਚ ਹੀ ਰਹੇ ਆ ਵੀ ਗੁਰਬਾਣੀ ਦਾ ਹੀ ਪ੍ਰਵਾਹ ਚੱਲਦਾ ਰਿਹਾ ਸਾਡੇ ਪਰਿਵਾਰ ਦੇ ਵਿੱਚ। ਅੱਗੋਂ ਮੇਰਾ ਬੇਟਾ ਵੀ ਆ ਅਤੇ ਉਹ ਵੀ ਬਹੁਤ ਸੋਹਣਾ ਤਬਲਾ ਵਜਾਉਂਦਾ। ਅਤੇ ਮਤਲਬ ਸ਼ੁਰੂ ਤੋਂ ਐਸੇ ਲਾਈਨ 'ਚ ਰਹੇ ਅਤੇ ਸਾਨੂੰ ਸੰਤੁਸ਼ਟੀ ਆ, ਕੋਈ ਗੱਲ ਨਹੀਂ, ਮਹਾਰਾਜ ਜੋ ਕਰਦਾ ਸਹੀ ਕਰਦਾ। ਅਤੇ ਮਤਲਬ ਲੰਗਰ ਪਾਣੀ ਸਾਨੂੰ ਵਧੀਆ ਮਿਲਦਾ। ਸੋ ਇਹ ਸਨ ਸੰਗਮ ਤਬਲਾ ਮੇਕਰ, ਜਿਨ੍ਹਾਂ ਨੇ ਵੱਖ ਵੱਖ ਜਾਣਕਾਰੀ ਤਬਲਿਆਂ ਨਾਲ ਸੰਬੰਧਿਤ ਦਿੱਤੀ ਵੀ ਕਿਸ ਤਰ੍ਹਾਂ ਉਹ ਉਹਨਾਂ ਨੂੰ ਤਿਆਰ ਕਰਦੇ ਨੇ, ਬੱਚਿਆਂ ਨੂੰ ਸਿਖਲਾਈ ਵੀ ਦਿੰਦੇ ਨੇ ਅਤੇ ਆਪ ਵਜਾਉਂਦੇ ਵੀ ਨੇ। ਸੋ ਅਸੀਂ ਵੀ ਇਹੀ ਉਮੀਦ ਕਰਦੇ ਹਾਂ ਵੀ ਉਹਨਾਂ ਦਾ ਜੋ ਹੈ ਮਿਹਨਤ ਦਾ ਕੰਮ ਹੈ ਉਹ ਇਸੇ ਤਰ੍ਹਾਂ ਚੱਲਦਾ ਰਹੇ ਅਤੇ ਪਰਮਾਤਮਾ ਦਾ ਜਿਹੜਾ ਮਿਹਰ ਭਰਿਆ ਹੱਥ ਉਹਨਾਂ 'ਤੇ ਬਣਿਆ ਰਹੇ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਸੁਰਖਾਬ ਟੀਵੀ। ਮੈਂ ਹਾਂ ਗੁਰਦਾਸਪੁਰ ਤੋਂ ਭਾਰਤੀ ਸ਼ਰਮਾ।